ਮੁਲਕ ਵਿੱਚ ਘੁਲੇ ਫਿਰਕੂ ਜ਼ਹਿਰ ਦਰਮਿਆਨ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਈਚਾਰਕ ਸਾਂਝ ਅਤੇ ਧਾਰਮਿਕ ਸੁਹਿਰਦਤਾ ਨੂੰ ਬਿਆਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਕ ਹਿੰਦੂ ਕੁੜੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹੋ ਰੀਤਾਂ ਮੁਤਾਬਕ ਵਿਆਹ ਕਰਵਾਇਆ ਗਿਆ ਅਤੇ ਉਸਦਾ ਵਿਆਹ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਇੱਕ ਮੁਸਲਿਮ ਜੋੜੇ ਨੇ। ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਦਾ ਹੈ। ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਮੁਸਲਿਮ ਜੋੜੇ ਵੱਲੋਂ ਚਲਾਏ ਜਾ ਰਹੇ ਨਿਰਭਿਆ ਸ਼ੈਲਟਰ ਹੋਮ ਵੱਲੋਂ ਆਪਣੇ ਸ਼ੈਲਟਰ ਹੋਮ ਦੀ ਇੱਕ ਕੁੜੀ ਦਾ ਵਿਆਹ ਸਿੱਖ ਰਹੋ ਰੀਤਾਂ ਮੁਤਾਬਕ ਕਰਵਾਇਆ ਗਿਆ। ਬੁੱਧਵਾਰ ਨੂੰ ਉਜੈਨ ਦੇ ਇੱਕ ਹਿੰਦੂ ਲਾੜੇ ਨਾਲ ਵਿਆਹੀ ਇਸ ਕੁੜੀ ਦੀ ਦਿਲੀ ਇੱਛਾ ਸੀ ਕਿ ਉਸਦਾ ਵਿਆਹ ਗੁਰਦੁਆਰਾ ਸਾਹਿਬ ਵਿੱਚ ਸਿੱਖ ਰਹੋ ਰੀਤਾਂ ਮੁਤਾਬਕ ਹੋਵੇ। ਸ਼ੈਲਟਰ ਹੋਮ ਦੇ ਸੰਸਥਾਪਕ ਸਮਰ ਖਾਨ ਮੁਤਾਬਕ ਅਸੀਂ ਉਸ ਬੱਚੀ ਦੀ ਇੱਛਾ ਪੂਰੀ ਕੀਤੀ ਹੈ। ਸਮਰ ਖਾਨ ਦਾ ਕਹਿਣਾ ਕਿ ਅਸੀਂ ਮੁਸਲਿਮ ਹਾਂ ਪਰ ਸਾਨੂੰ ਇਸ ਕੁੜੀ ਦੇ ਧਰਮ ਦੇ ਬਾਰੇ ਚ ਕੋਈ ਪਤਾ ਨਹੀਂ ਸੀ। ਉਸਨੇ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਇੱਕ ਪੰਜਾਬੀ ਵਿਆਹ ਵੇਖਿਆ ਸੀ ਅਤੇ ਉਸਨੇ ਸਾਡੇ ਨਾਲ ਇੱਛਾ ਜ਼ਾਹਰ ਕੀਤੀ ਕਿ ਉਹ ਵੀ ਸਿੱਖ ਰਹੋ ਰੀਤਾਂ ਮੁਤਾਬਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਾਉਣਾ ਚਾਹੁੰਦੀ ਹੈ। ਇਸ ਪਿੱਛੋਂ ਅਸੀਂ ਮੁੰਡੇ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਵੀ ਰਾਜੀ ਹੋ ਗਏ। ਬੁੱਧਵਾਰ ਨੂੰ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿੱਚ ਇਹ ਵਿਆਹ ਸਮਾਗਮ ਨੇਪਰੇ ਚੜਿਆ। ਇਹ ਕੁੜੀ 18 ਸਾਲ ਦੀ ਉਮਰ ਦੀ ਹੋਣ ਪਿੱਛੋਂ ਇੱਕ ਹੋਰ ਸ਼ੈਲਟਰ ਹੋਮ ਤੋਂ ਨਿਰਭਿਆ ਸ਼ੈਲਟਰ ਹੋਮ ਵਿੱਚ ਸ਼ਿਫਟ ਹੋਈ ਸੀ। ਉਸਦੇ ਮਾਪਿਆਂ ਦੀ ਉਸ ਵੇਲੇ ਮੌਤ ਹੋ ਗਈ ਸੀ ਜਦੋਂ ਉਹ ਮਹਿਜ 5 ਸਾਲ ਦੀ ਸੀ। ਉਸਦੇ ਰਿਸ਼ਤੇਦਾਰਾਂ ਵੱਲੋਂ ਉਸਨੂੰ ਉਜੈਨ ਦੇ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਉਸਨੂੰ ਭੋਪਾਲ ਸ਼ਿਫਟ ਕਰ ਦਿੱਤਾ ਗਿਆ। ਉਸਨੇ ਇੱਥੇ ਹੀ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਅਤੇ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ। ਨਿਰਭਿਆ ਸ਼ੈਲਟਰ ਹੋਮ ਵੱਲੋਂ ਹੀ ਉਸਦੇ ਵਿਆਹ ਦੇ ਸਾਰੇ ਪ੍ਰਬੰਧ ਕੀਤੇ ਗਏ ਜਦੋਂ ਉਕਤ ਕੁੜੀ ਵੱਲੋਂ ਇੱਛਾ ਜ਼ਾਹਰ ਕੀਤੀ ਗਈ ਕਿ ਉਹ ਸਿੱਖ ਰਹੋ ਰੀਤਾਂ ਮੁਤਾਬਕ ਵਿਆਹ ਕਰਾਉਣਾ ਚਾਹੁੰਦੀ ਹੈ ਤਾਂ ਸਮਰ ਖਾਨ ਮੁਤਾਬਕ ਉਹਨਾਂ ਲਈ ਇਹ ਨਵਾਂ ਤਜਰਬਾ ਸੀ ਪਰ ਇਹ ਸਭ ਖੁਸ਼ੀ ਖੁਸ਼ੀ ਨੇਪਰੇ ਚੜਿਆ ਹੈ। ਤੁਸੀਂ ਅਗਰ ਹਾਊਸਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਅੱਛੀ ਓਪਰਚੁਨਿਟੀ ਹੈ। ਅਬੈਕਸ ਚੈਂਪਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦੀ ਅਤੇ ਇੱਕ ਮਿਨੀਮਮ ਇਨਵੈਸਟਮੈਂਟ ਵਿੱਚ ਤੁਸੀਂ ਐਜ਼ ਏ ਫਰੈਂਚਾਈਜ਼ ਅਬੈਕਸ ਚੈਂਪਸ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ ਅਤੇ ਪਰ ਮੰਥ ਮਿਨੀਮਮ 25 ਤੋਂ 40 ਹਜ਼ਾਰ ਅਰਨ ਕਰ ਸਕਦੇ ਹੋ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।